ਬੀਸੀ ਉਮੀਦ ਕਰ ਰਿਹਾ ਹੈ ਕਿ ਉਹ ਕੋਵਿਡ-19 ਟੀਕਿਆਂ ਦੀ ਪਹਿਲੀ ਤੇ ਦੂਜੀ ਖੁਰਾਕ ਦੇ ਵਿਚਾਲੇ ਵਕਫੇ ਬਾਰੇ ਵਧੇਰੇ ਜਿਹੜੀ ਹੈ ਉਹ ਜਾਣਕਾਰੀ ਹਾਸਲ ਕਰਨਗੇ ਇਹ ਉਸ ਵੇਲੇ ਸੋਚ ਵਿਚਾਰ ਹੋ ਰਿਹਾ ਜਦੋਂ ਬੀਸੀ ਨੇ ਆਪਣੀ ਮੁਰਚਾ ਲੂ ਯੋਜਨਾ ਦਾ ਖੁਲਾਸਾ ਕੀਤਾ ਹੈ ਮੌਜੂਦਾ ਸਮੇਂ ਦੇ ਮੁਤਾਬਕ ਪਹਿਲੀ ਤੇ ਦੂਜੀ ਖੁਰਾਕ ਦਾ ਜਿਹੜਾ ਉਹ ਜਿਸ ਤਰੀਕੇ ਨਾਲ ਖੁਲਾਸਾ ਹੋਇਆ ਉਸ ਮੁਤਾਬਕ ਇਸ ਵਿਚਕਾਰ ਦਾ ਜਿਹੜਾ ਸਮਾਂ 16 ਹਫ਼ਤੇ ਦਾ ਹੈ ਹਾਲਾਂਕਿ ਹੈਨਰੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇਹ ਬਦਲਣ ਜਾ ਰਿਹਾ ਹੈ ਅਸੀਂ ਹਰੇਕ ਦੇ ਲਈ ਦੂਜੀ ਖੁਰਾਕ ਨੂੰ ਵਧਾ ਰਹੇ ਹਾਂ ਪਰ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜੋ ਬਜ਼ੁਰਗ ਨੇ ਉਹਨਾਂ ਲੋਕਾਂ ਦੀ ਪ੍ਰਤੀਰੋਧੀ ਸਮਝੋਤਾ ਕਰਨ ਵਾਲੀਆਂ ਸਥਿਤੀਆਂ ਜੜੀਆਂ ਨੇ ਉਹ ਲੋਕ ਸਾਡੀ ਡਾਕਟਰੀ ਤੌਰ ਦੇ ਉਤੇ ਬਹੁਤ ਕਮਜ਼ੋਰ ਸੂਚੀ ਦੇ ਵਿੱਚ ਨੇ ਮੋਹਰੀ ਕਤਾਰ 'ਚ ਹੋਣਗੇ ਬੀਸੀ 'ਚ ਹੋਰ ਟੀਕੇ ਮਿਲਦੇ ਆ ਹੀ ਇਹ ਵਾਪਰ ਜਾਏਗਾ ਬੀਸੀ ਦੀ ਕੋਵਿਡ-19 ਦੇ ਨੰਬਰਾਂ ਦੇ ਵਿੱਚ ਰੋਜ਼ਾਨਾ ਹਫਤਿਆਂ ਦੇ ਵਿੱਚ ਗਿਰਾਵਟ ਜਿਹੜੀ ਆ ਦੇਖੀ ਜਾ ਰਹੀ ਹੈ ਹਾਲਾਂਕਿ ਚਿੰਤਾ ਦੀਆਂ ਕਿਸਮਾਂ ਇਸ ਪ੍ਰਾਂਤ ਦੇ ਨਾਲ-ਨਾਲ ਦੇਸ਼ ਭਰ ਦੇ ਵਿੱਚ ਅਜੇ ਵੀ ਮੌਜੂਦ ਨੇ ਜਦੋਂ ਇੱਕ ਜਾਂ ਦੋ ਖੁਰਾਕਾਂ ਤੋਂ ਬਾਅਦ ਵੈਰੀਐਂਟ ਦੇ ਜਿਹੜੇ ਜਵਾਬ ਬਾਰੇ ਪੁੱਛਿਆ ਤਾਂ ਹੈਨਰੀ ਨੇ ਕਿਹਾ ਤਨਾ ਨੂੰ ਕਾਫੀ ਨੇੜਿਓਂ ਪਰਖਿਆ ਜਾ ਰਿਹਾ ਹੈ ਪਰ ਸਾਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ ਅਸੀਂ ਚਿੰਤਾ ਦੇ ਇਹਨਾਂ ਸਾਰੇ ਰੂਪਾਂ ਤੇ ਸਾਡੇ ਸਮੂਹਾਂ ਦੇ ਵਿੱਚ ਫੈਲਣ ਵਾਲੀਆਂ ਸਾਰੀਆਂ ਕਿਸਮਾਂ ਦੇ ਰੂਪਾਂ ਦੇ ਵਿਰੋਧ ਸੰਚਾਰ ਕਾਰਜ ਨੂੰ ਘਟਾਉਣ ਦੇ ਲਈ ਉਪਾਕੇ করিਏ ਇਹਨਾਂ ਸਾਰੇ ਰੂਪਾਂ ਦੇ ਵਿਰੁੱਧ ਸੰਚਾਰ ਕਾਰਜ ਨੂੰ ਘਟਾਉਣ ਦੇ ਲਈ ਜੋ ਉਪਰਾਲੇ ਅਸੀਂ ਕਰ ਸਕਦੇ ਹਾਂ ਉਹ ਸਾਰੇ ਤਨਾ ਜੋ ਸਾਡੀ ਕਮਿਊਨਿਟੀ ਦੇ ਦੁਆਲੇ ਘੁੰਮ ਰਹੇ ਨੇ ਉਹਨਾਂ ਨੂੰ ਰੋਕਣ ਦੇ ਲਈ ਪਹਿਲਾਂ ਦੀ ਯੋਜਨਾ ਦੇ ਮੁਤਾਬਕ ਚੱਲਣਾ ਜਾਰੀ ਰੱਖਣਾ ਪਏਗਾ ਇਸੇ ਲਈ ਹੌਲੀ ਹੌਲੀ ਹੀ ਅਸੀਂ ਅੱਗੇ ਵਧ ਰਹੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਦੋਵਾਂ ਖੁਰਾਕਾਂ ਦੇ ਵਧੇਰੇ ਵਿਅਕਤੀਗਤ ਸੁਰੱਖਿਆ ਪ੍ਰਦਾਨ ਕਰਦੇ ਆ ਨੇ ਹਾਲਾਂਕਿ ਉਸਨੇ ਨੋਟ ਕੀਤਾ ਕਿ ਸਮੁੱਚੀ ਕਮਿਊਨਿਟੀ ਸੁਰੱਖਿਆ ਦੀ ਵਧੇਰੇ ਮਹੱਤਤਾ ਹੈ ਹੈਨਰੀ ਨੇ ਕਿਹਾ ਕਿ ਸਾਨੂੰ ਇੱਕ ਖੁਰਾਕ ਦੇ ਨਾਲ ਹਰੇਕ ਦੀ ਵਿਅਕਤੀਗਤ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਸ਼ੁਰੂ ਕਰਦੇ ਹੋਏ ਜਿਨ੍ਹਾਂ ਨੂੰ ਕੋਵਿਡ-19 ਤੋਂ ਗੰਭੀਰ ਬਿਮਾਰੀ ਜਾਂ ਮੌਤ ਹੋਣ ਦੀ ਸੰਭਾਵਨਾ ਹੈ ਪ੍ਰਸਤਾਵਿਤ ਟੀਕਾ ਕਰਨ ਦੀਆਂ ਦਰਾਂ ਸਿਰਫ ਪਹਿਲਾ ਦਿੱਤੀਆਂ ਜਾਣ ਵਾਲੀਆਂ ਖੁਰਾਕਾਂ ਦੇ ਆਧਾਰ ਤੇ ਨੇ ਹਾਲਾਂਕਿ ਹੈਂਡਰੀ ਨੇ ਕਿਹਾ ਹੈ ਕਿ ਰਣਨੀਤੀ ਨੂੰ ਜ਼ਰੂਰਤ ਮੁਤਾਬਕ ਬਦਲਣ ਦੀ ਵੀ ਲੋੜ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ